ਕਿ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਕਾਂਗਰਸ ਸਰਕਾਰ ਆਈ ਹੈ ਉਸ ਤੋਂ ਬਾਅਦ ਵਿਕਾਸ ਦੇ ਕੰਮਾਂ ਦੇ ਕਿਤੇ ਨਾ ਕਿਤੇ ਰੋਕ ਲੱਗੀ ਹੈ ਤੇ ਉਸ ਤੋਂ ਪਹਿਲਾਂ ਵਿਕਾਸ ਦੇ ਕੰਮ ਤੁਹਾਡੇ ਹੁੰਦੇ ਸੀਗੇ ਤੁਹਾਡੇ ਨਾਲ ਪਾਰਸ਼ੈਲਿਟੀ ਕਿਉਂ ਇਸ ਕਰਕੇ ਮੇਰੇ ਨਾਲ ਪਾਰਸ਼ੈਲਿਟੀ ਵੀ ਕੀਤੀ ਗਈ ਹੈ ਜੇ ਮੈਂ ਕੋਈ ਕੰਮ ਵੀ ਕਰਾਇਆ ਆਪਣੇ ਜ਼ੋਰ ਦੇ ਨਾਲ ਕਾਨੂੰਨ ਦੇ ਨਾਲ ਕਰਾਇਆ ਔਰ ਮੇਰੇ ਵਾਰਡ ਦੇ ਵਿੱਚ ਇਸ ਵਾਰੀ ਕੰਮ ਨਹੀਂ ਹੋ ਜਾਂਦਾ ਅੱਜ ਤੋਂ 2 ਸਾਲ ਪਹਿਲਾਂ ਅਗਰ ਕੋਈ ਧਰਨਾ ਦਿੰਦਾ ਫਿਰ ਤਾਂ ਇਹ ਸਮਝਦੇ ਵੀ ਇਹ ਸਮੱਸਿਆ ਹੈ ਜਿਸ ਵੇਲੇ ਧਰਨਾ ਦੇਣਾ ਇਹ ਗੱਲ ਨਹੀਂ ਹੈ ਤੁਸੀਂ ਸਮਝਦਾ ਪਿਛਲੀ ਟਨੋਰ ਦੇ ਵਿੱਚ ਅਸੀਂ ਮਤਾ ਪਾਇਆ ਸੀ ਪੰਚਾਇਤ ਨੇ ਉਹਦੇ ਵਿੱਚ 2,40,000 ਰੁਪਇਆ ਪਾਸ ਕੀਤਾ ਸੀ ਦੇਣਾ ਅਤੇ ਉਹ ਪੰਚਾਇਤ ਨਹੀਂ ਮੰਨੀ ਅਤੇ ਉਹਦੇ ਬਾਅਦ ਅਸੀਂ ਦੁਬਾਰਾ ਮਤਾ ਪਾਇਆ ਤੋਂ ਬਾਅਦ ਸਾਡਾ ਕੋਈ ਕੰਮ ਨਹੀਂ ਲੱਗੀ ਜੇ ਕੰਮ ਦੀ ਪ੍ਰੋਬਲਮ ਆਈ ਸਾਨੂੰ ਕਾਂਗਰਸ ਸਰਕਾਰ 'ਚ ਆਈ ਹੈ ਸਾਡੀ ਬੀਜੇਪੀ ਪ੍ਰੋਬਲਮ ਆਉਂਦੀ ਹੈ ਸਾਨੂੰ ਕੋਈ ਇੱਕੋ ਹੱਲ ਕਰਨਾ ਹੈ ਬਾਕੀ ਵਾਰਡ ਦੇ ਵਿੱਚ ਬਹੁਤ ਕੰਮ ਕੀਤੇ ਹੈ ਵੀ ਕੰਮਾਂ ਦੀ ਕੋਈ 20 ਸਾਲ ਦੀ ਜੇ ਅਸੀਂ ਗਿਣਤੀ ਕਰਨ ਤੇ ਸ਼ਹਿਰ ਵਾਇਜ਼ ਦੀ ਗਿਣਤੀ ਨਹੀਂ ਗੱਲ ਕਰੀਏ ਤਾਂ ਸ਼ਹਿਰ ਦੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਵੀ ਤੁਸੀਂ ਕੌਂਸਲ ਕੋਲ ਗਏ ਹੈ ਤੇ ਕੌਂਸਲ ਹਾਊਸ ਦੇ ਵਿੱਚ ਜਾਂਦੇ ਆਪਣੀ ਆਵਾਜ਼ ਉਠਾਉਂਦੇ ਹੋ ਉੱਥੇ ਮੁੱਦੇ ਲੈ ਕੇ ਜਾਂਦੇ ਹੋ ਤਾਂ ਉਹਨਾਂ ਮੁੱਦਿਆਂ ਨੂੰ ਕਿਆ ਸੁਣਿਆ ਜਾਂਦਾ ਸੀਗਾ ਜਾਂ ਇਗਨੋਰ ਕਰ ਦਿੱਤਾ ਜਾਂਦਾ ਸੀਗਾ ਉਹਨਾਂ ਨੂੰ ਕਦੋਂ ਤੋਂ ਬੰਦ ਹੈ ਜੀ ਮੀਟਿੰਗਾਂ ਵਾ ਕਾਂਗਰਸ ਸਰਕਾਰ 'ਚ ਵਾ ਮੀਟਿੰਗਾਂ ਅਜਿਹਾ ਕਿਉਂ ਕਿ ਮੀਟਿੰਗਾਂ ਬੰਦ ਹੋਣਗੀਆਂ ਜਿਵੇਂ ਕਿ ਸਾਡੀ ਜਾਣਕਾਰੀ ਹੈ ਕਿ ਬੀਜੇਪੀ ਵੱਲੋਂ ਇੱਕ ਮਤਾ ਪਾਇਆ ਗਿਆ ਸੀਗਾ ਕਿ ਉਹਨਾਂ ਨੂੰ ਪ੍ਰਧਾਨ ਮੰਨਣ ਤੋਂ ਮਨ੍ਹਾ ਕਰ ਦਿੱਤਾ ਸੀ ਉਹਨਾਂ ਨੇ ਅਜਿਹਾ ਵੀ ਗਿਣਿਆ ਜਾਂਦਾ ਹੈ ਜੀ ਅਤੇ ਚੌਥੇ ਸਤੰਭ ਦੀ ਐਂਟਰੀ ਹਾਊਸ ਦੇ ਵਿੱਚ ਨਗਰ ਕੌਂਸਲ ਦਾ ਹਾਊਸ ਹੈ ਉਸ ਦੇ ਵਿੱਚ ਬੈਨ ਕਰ ਦਿੱਤੀ ਗਈ ਮੀਡੀਆ ਦੀ ਐਂਟਰੀ ਕੀ ਤੁਸੀਂ ਇਹਦੇ ਖਿਲਾਫ ਕਦੇ ਆਵਾਜ਼ ਉਠਾਈ ਸਾਨੂੰ ਤਾਂ ਕੋਈ ਸਵਾਗਤ ਹੈ ਪੰਜਾਬ ਟੀ ਵੀ ਨਿਊਜ਼ 'ਤੇ ਮੈਂ ਹਰਕੇਸ਼ ਸਿੰਘ ਰਾਣਾ ਸਾਡਾ ਸਪੈਸ਼ਲ ਪ੍ਰੋਗਰਾਮ ਸਾਡੇ ਐਮ ਸੀ ਸਾਹਿਬ ਲੈ ਕੇ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਅਤੇ ਜਿਵੇਂ ਕਿ ਅਸੀਂ ਆਪਣੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਕਰਾਉਂਦੇ ਹਾਂ ਜੋ ਐਮ ਸੀ ਸਾਹਿਬ ਨੇ ਉਹਨਾਂ ਤੋਂ ਅਸੀਂ ਸਵਾਲ ਪੁੱਛਦੇ ਹਾਂ ਕਿ ਉਹਨਾਂ ਨੇ ਪਿਛਲੇ ਆਪਣੇ ਸਮੇਂ ਦੇ ਦੌਰਾਨ ਵਾਰਡ ਵਾਸਤੇ ਕੀ ਕੰਮ ਕੀਤੇ ਕਿਹੜੇ ਕਿਹੜੇ ਮੁੱਦੇ ਉਹਨਾਂ ਨੇ ਉਠਾਏ ਹੈ ਅਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਸੋਰਟ ਆਊਟ ਕਰਾਇਆ ਅਤੇ ਵਾਰਡ ਨੂੰ ਆਪਣੇ ਨੂੰ ਨਮੂਨੇ ਦਾ ਵਾਰਡ ਬਣਾਇਆ ਹੈ ਅਤੇ ਇਸ ਵੇਲੇ ਅਸੀਂ ਪਹੁੰਚਿਆ ਵਾਰਡ ਨੰਬਰ 1 'ਤੇ ਜਿਵੇਂ ਕਿ ਪਤਾ ਗਿਆ ਵਾਰਡ ਨੰਬਰ 1 ਦੇ ਵਿੱਚ ਪਿਛਲੇ 20 ਸਾਲ ਤੋਂ ਦਾਅਵੇਦਾਰੀ ਜੋ ਸੀਗੀ ਉਹ ਭੁਪਿੰਦਰ ਸਿੰਘ ਜੀ ਦੀ ਸੀਗੀ ਅਤੇ 20 ਸਾਲ ਤੋਂ ਲਗਾਤਾਰ ਉਹ ਇਸ ਵਾਰਡ ਦੀ ਸੇਵਾ ਕਰ ਰਹੇ ਨੇ ਅਤੇ ਅੱਜ ਅਸੀਂ ਪਹੁੰਚਿਆ ਉਹਨਾਂ ਕੋਲ ਵਾਰਡ ਨੰਬਰ 1 ਦੇ ਵਿੱਚ ਅਤੇ ਗੱਲਬਾਤ ਉਹਨਾਂ ਨਾਲ ਸ਼ੁਰੂ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਸਰ ਤੁਹਾਡਾ ਪੰਜਾਬ ਟੀ ਵੀ 'ਤੇ ਸਵਾਗਤ ਹੈ ਜੀ ਮੈਂ ਪੰਜਾਬ ਟੀ ਵੀ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਅਤੇ ਸਰ ਸਭ ਤੋਂ ਪਹਿਲਾਂ ਕੁਐਸਚਨ ਤੁਸੀਂ ਲਗਾਤਾਰ 20 ਸਾਲ ਤੋਂ ਮੁੱਦੇ ਉਠਾ ਰਹੇ ਹੋ ਅਤੇ ਉਹਨਾਂ ਨੂੰ ਹੱਲ ਕਰਵਾ ਰਹੇ ਹੋ ਕਿਹੜੇ ਕਿਹੜੇ ਅਜਿਹੇ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਤੁਸੀਂ ਜਨਤਾ ਦੇ ਵਿੱਚ ਗਏ ਹੋ ਅਤੇ ਜਨਤਾ ਨੇ ਤੁਹਾਨੂੰ ਕਬੂਲਿਆ ਹੈ ਅਤੇ ਤੁਹਾਨੂੰ ਜਿਤਾਇਆ ਹੈ ਅਤੇ ਜਾਣਨਾ ਚਾਹਾਂਗੇ ਮੇਨ ਕਿਹੜੇ ਕਿਹੜੇ ਮੁੱਦੇ ਸੀਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਵਾਰਡ 'ਚ ਮੇਨ ਸੀਵਰੇਜ ਦੀ ਸਮੱਸਿਆ ਸੀ ਮੈਂ ਸਰਮਾ ਸਟੋਰ ਦੇ ਵਿੱਚ ਸੀਵਰੇਜ ਪਵਾ ਦਿੱਤੀ ਹੈ ਕੁਛ ਏਰੀਆ ਜਿਹੜਾ ਡੌਨ ਹੈ ਉੱਥੇ ਸੀਵਰੇਜ ਦੀ ਪ੍ਰੋਬਲਮ ਹੈਗੀ ਹੈ ਅਸੀਂ 2 ਵਾਰੀ ਮਤਾ ਪਾਸ ਕੀਤਾ ਉਹ ਰੋਕ ਲੱਗਦੀ ਰਹੀ ਹੈ ਉਹਦਾ ਪ੍ਰੋਸੈਸ ਚੱਲ ਰਿਹਾ ਉਹ ਵੀ ਪੈ ਜਾਏਗਾ ਕੋਈ ਐਸੀ ਗੱਲ ਨਹੀਂ ਹੈ ਕੁਛ ਲੋਕ ਲਗਾਤਾਰ ਆਵਾਜ਼ ਉਠਾ ਰਹੇ ਨੇ ਕਿ ਸੀਵਰੇਜ ਨਹੀਂ ਪੈ ਰਿਹਾ ਜੀ ਕੌਂਸਲ ਨਹੀਂ ਸੁਣਵਾਈ ਦੇ ਰਿਹਾ ਧਰਨੇ ਵੀ ਦਿੱਤੇ ਜਾ ਰਹੇ ਨੇ ਅਤੇ ਅਜਿਹੀ ਕਿਹੜੀ ਦਿੱਕਤ ਆ ਰਹੀ ਹੈ ਜੀ ਜਿਹਦੇ ਕਰਕੇ ਲੋਕਾਂ ਨੂੰ ਇਸ ਤਰ੍ਹਾਂ ਕਰਨਾ ਪੈ ਰਿਹਾ ਜੀ ਉਹਦੇ ਵਿੱਚ ਐਸੀ ਕੋਈ ਗੱਲ ਨਹੀਂ ਹੈ ਅਸੀਂ ਪਿਛਲੀ ਟਨੋਰ ਦੇ ਵਿੱਚ ਅਸੀਂ ਮਤਾ ਪਾਇਆ ਸੀ ਪੰਚਾਇਤ ਨੇ ਉਹਦੇ ਵਿੱਚ 2,40,000 ਰੁਪਇਆ ਪਾਸ ਕੀਤਾ ਸੀ ਦੇਣਾ ਅਤੇ ਉਹ ਪੰਚਾਇਤ ਨਹੀਂ ਮੰਨੀ ਅਤੇ ਉਹਦੇ ਬਾਅਦ ਅਸੀਂ ਦੁਬਾਰਾ ਮਤਾ ਪਾਇਆ ਅਤੇ ਡਾਇਰੈਕਟਰ ਸਾਹਿਬ ਦੇ ਉੱਥੇ ਰੋਕ ਲੱਗ ਗਈ ਸੀ ਅਤੇ ਆਹ ਇਸ ਸਰਕਾਰ ਤੋਂ ਬਾਅਦ ਸਾਡਾ ਕੋਈ ਕੰਮ ਨਹੀਂ ਹੋਇਆ ਜੇ ਕੰਮ ਦੀ ਪ੍ਰੋਬਲਮ ਆਈ ਸਾਨੂੰ ਕਾਂਗਰਸ ਸਰਕਾਰ 'ਚ ਆਈ ਹੈ ਸਾਡੀ ਬੀਜੇਪੀ ਦੀ ਸਰਕਾਰ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਅਤੇ ਸਾਡਾ ਅਗਲਾ ਜਿਹੜਾ ਇਹ ਮੁੱਦਾ ਹੈ ਵੀ ਅਸੀਂ ਉਹ ਸੀਵਰੇਜ ਵੀ ਪਾਉਣਾ ਹੈ ਅਤੇ ਇੱਕ ਟ੍ਰੀਟਮੈਂਟ ਪਲਾਂਟ ਵੀ ਅਸੀਂ ਬਣਾਉਣਾ ਜਿਹਦੇ ਵਿੱਚ ਬਰਮਲਾ ਦਿਆ ਏਰੀਆ ਜੱਟਾ ਮੱਲਾ ਸੈਣੀ ਮੱਲੇ ਪਾਲੀ ਦੀ ਗਰਮੀਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਇੱਕ ਉਹ ਹੱਲ ਕਰਨਾ ਹੈ ਬਾਕੀ ਵਾਰਡ ਦੇ ਵਿੱਚ ਬਹੁਤ ਕੰਮ ਕੀਤੇ ਹੈ ਵੀ ਕੰਮਾਂ ਦੀ ਕੋਈ 20 ਸਾਲ ਦੀ ਜੇ ਅਸੀਂ ਗਿਣਤੀ ਕਰਨ ਲੱਗੀਏ ਉਹ ਗਿਣਤੀ ਨਹੀਂ ਕਰ ਸਕਦੇ ਜਿਹਦੇ ਵਿੱਚ ਅਸੀਂ ਸਤਲੁਜ ਪਾਰਕ ਬਣਾਇਆ 2001 ਤੋਂ ਬਾਅਦ ਉਹਦੇ ਵਿੱਚ ਅਸੀਂ ਓਪਨ ਥੀਏਟਰ ਬਣਾਇਆ ਇੱਕ ਸਵੀਮਿੰਗ ਪੂਲ ਬਣਾਇਆ ਸੀਗਾ ਉਹਦਾ ਕਹਿਣੋ ਵੀ ਅਸੀਂ ਕੰਮ ਛੇਤੀ ਕਰ ਰਹੇ ਹਾਂ ਬਾਕੀ ਕੰਮ ਬਹੁਤ ਕੀਤੇ ਹੈ ਅਤੇ ਜਿਹੜੇ ਫਿਰ ਧਰਨੇ ਦਿੱਤੇ ਜਾ ਰਹੇ ਆ ਰਾਜਨੀਤੀ ਨੂੰ ਪ੍ਰੇਰਿਤ ਤੁਸੀਂ ਵੇਖਦੇ ਹੋ ਉਹਨਾਂ ਧਰਨਿਆਂ ਨੂੰ ਫਿਰ ਦੇਖੋ ਜੀ ਅੱਜ ਤੋਂ 2 ਸਾਲ ਪਹਿਲਾਂ ਅਗਰ ਕੋਈ ਧਰਨਾ ਦਿੰਦਾ ਫਿਰ ਤਾਂ ਇਹ ਸਮਝਦੇ ਵੀ ਇਹ ਸਮੱਸਿਆ ਹੈ ਜਿਸ ਵੇਲੇ ਧਰਨਾ ਦੇਣਾ ਇਹਦੇ ਬਾਰੇ ਤੁਸੀਂ ਵੀ ਸਮਝਦਾਰ ਹੋ ਜੀ ਬਿਲਕੁਲ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਮੇਨ ਡ੍ਰੀਮ ਪ੍ਰੋਜੈਕਟ ਕਿਹੜਾ ਲੈ ਕੇ ਤੁਸੀਂ ਇਸ ਵਾਰ ਆਓਗੇ ਜੇ ਤੁਹਾਨੂੰ ਮੌਕਾ ਮਿਲਦਾ ਹੈ ਜਨਤਾ ਤੁਹਾਨੂੰ ਜਿਤਾਉਂਦੀ ਹੈ ਤੁਹਾਡੇ ਵਾਰਡ ਵਾਲੇ ਤਾਂ ਕਿਹੜਾ ਡ੍ਰੀਮ ਪ੍ਰੋਜੈਕਟ ਇਸ ਵਾਰ ਤੁਸੀਂ ਆਪਣੇ ਵਾਰਡ ਵਾਸਤੇ ਲੈ ਕੇ ਆਓਗੇ ਇਹਦੇ ਵਾਸਤੇ ਅਸੀਂ ਪਾਣੀ ਦੀ ਸਾਡੀ ਪ੍ਰੋਬਲਮ ਹੈ ਪ੍ਰਾਣੀ ਦਾ ਹੀ ਟ੍ਰੀਟਮੈਂਟ ਪਲਾਂਟ ਬਣਾਵਾਂਗੇ ਅਤੇ ਜਿਹੜਾ ਥੱਲੇ ਸੀਵਰੇਜ ਰਹਿੰਦਾ ਹੈ ਉਹ ਅਸੀਂ ਜਲਦੀ ਤੋਂ ਜਲਦੀ ਪਾਵਾਂਗੇ ਜੀ ਬਿਲਕੁਲ ਅੱਛਾ ਸਰ ਇਹ ਵੀ ਜਾਣਨਾ ਚਾਹਾਂਗੇ ਵਾਰਡ ਵਾਈਜ਼ ਤੁਸੀਂ ਕਿਹੜੇ ਕਿਹੜੇ ਮੁੱਦੇ ਆ ਉਹ ਕੌਂਸਲ ਦੇ ਵਿੱਚ ਚੱਕੇ ਆ ਉਹਨਾਂ ਨੂੰ ਹੱਲ ਕਰਵਾਇਆ
ਤੇ ਸ਼ਹਿਰ ਵਾਈਜ਼ ਜੇ ਅਸੀਂ ਗੱਲ ਕਰੀਏ ਤਾਂ ਸ਼ਹਿਰ ਦੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਵੀ ਤੁਸੀਂ ਕੌਂਸਲ ਕੋਲ ਗਏ ਹੈ ਅਤੇ ਉਹਨਾਂ ਨੂੰ ਹੱਲ ਕਰਵਾਇਆ? ਮੁੱਦਾ ਸਾਡੇ ਕੋਈ ਵੀ ਵਾਰਡ ਦਾ ਆਇਆ ਜਾਂ ਸ਼ਹਿਰ ਦਾ ਆਇਆ, ਅਸੀਂ ਕਦੇ ਕੋਈ ਰੁਕਾਵਟ ਨਹੀਂ ਪਾਈ, ਸਾਰੇ ਕੰਮ ਕੀਤੇ ਆ ਅਤੇ ਹੁਣ ਵੀ ਅਸੀਂ ਕਰੀ ਜਾਂਦੇ ਹਾਂ। ਅਤੇ ਸਾਡੇ ਜਿਹੜੇ ਇੱਕ ਤਾਂ ਸਾਰੇ ਵਾਰਡ ਦੇ ਵਿੱਚ ਮੈਂ 4 ਇੰਚ ਦੀ ਪਾਣੀ ਦੀ ਲਾਈਨ ਪਵਾਈ ਹੈ, ਪਹਿਲਾਂ 2 ਇੰਚ ਦੀ ਹੁੰਦੀ ਸੀਗੀ, ਅਤੇ ਵਾਰਡ 'ਚ ਪਾਣੀ ਦੀ ਕੋਈ ਸਮੱਸਿਆ ਨਹੀਂ, ਸਿਰਫ ਬਰਮਲੇ ਤੋਂ ਸਵਾ, ਬਾਕੀ ਵਾਰਡ ਦੇ ਵਿੱਚ ਪਾਣੀ ਦੀ ਕੋਈ ਸਮੱਸਿਆ, ਹਰੇਕ ਗਲੀ ਦੇ ਵਿੱਚ 4 ਇੰਚ ਦੀ ਲਾਈਨ ਅਸੀਂ ਪਵਾਈ ਹੈ, ਅਤੇ ਜਿਹੜਾ ਬਰਮਲੇ ਦਾ ਵੀ ਅਸੀਂ ਮਸਲਾ ਹੱਲ ਛੇਤੀ ਕਰਾਂਗੇ। ਜੀ ਬਿਲਕੁਲ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਕਾਂਗਰਸ ਸਰਕਾਰ ਆਈ ਹੈ ਉਸ ਤੋਂ ਬਾਅਦ ਵਿਕਾਸ ਦੇ ਕੰਮਾਂ 'ਤੇ ਕਿਤੇ ਨਾ ਕਿਤੇ ਰੋਕ ਲੱਗੀ ਹੈ, ਅਤੇ ਉਸ ਤੋਂ ਪਹਿਲਾਂ ਵਿਕਾਸ ਦੇ ਕੰਮ ਤੁਹਾਡੇ ਹੁੰਦੇ ਸੀਗੇ, ਤੁਹਾਡੇ ਨਾਲ ਪਾਰਸ਼ੈਲਿਟੀ ਕਿਉਂ ਕੀਤੀ ਗਈ ਹੈ? ਮੈਂ BJP ਦਾ ਇਸ ਕਰਕੇ, ਮੈਂ ਚਾਹੇ ਆਜ਼ਾਦ ਜਿੱਤੇ ਹਾਂ ਪਰ ਮੈਂ ਹੈ BJP ਦਾ, ਤਾਂ ਇਸ ਕਰਕੇ ਮੇਰੇ ਨਾਲ ਪਾਰਸ਼ੈਲਿਟੀ ਵੀ ਕੀਤੀ ਗਈ ਹੈ। ਜੇ ਮੈਂ ਕੋਈ ਕੰਮ ਵੀ ਕਰਾਇਆ ਆਪਣੇ ਜ਼ੋਰ ਦੇ ਨਾਲ, ਕਾਨੂੰਨ ਦੇ ਨਾਲ ਕਰਾਇਆ, ਔਰ ਮੇਰੇ ਵਾਰਡ ਦੇ ਵਿੱਚ ਇਸ ਵਾਰੀ ਕੰਮ ਨਹੀਂ ਬਹੁਤ ਜ਼ਿਆਦਾ। ਕਹਿੰਦੇ ਜਦੋਂ ਤੁਸੀਂ ਆਵਾਜ਼ ਉਠਾਉਂਦੇ ਹੋ ਕੌਂਸਲ ਹਾਊਸ ਦੇ ਵਿੱਚ ਜਾਂਦੇ, ਆਪਣੀ ਆਵਾਜ਼ ਉਠਾਉਂਦੇ ਹੋ, ਉੱਥੇ ਮੁੱਦੇ ਲੈ ਕੇ ਜਾਂਦੇ ਹੋ, ਤਾਂ ਉਹਨਾਂ ਮੁੱਦਿਆਂ ਨੂੰ ਕਿਆ ਸੁਣਿਆ ਜਾਂਦਾ ਸੀਗਾ ਜਾਂ ਇਗਨੋਰ ਕਰ ਦਿੱਤਾ ਜਾਂਦਾ ਸੀਗਾ ਉਹਨਾਂ ਮੁੱਦਿਆਂ ਨੂੰ? ਹਾਂ, ਕਾਂਗਰਸ ਸਰਕਾਰ ਸਾਡੇ ਆਪਣੇ ਆਪ ਮਤੇ ਪਾਸ ਕਰ ਦਿੰਦੇ, ਇੱਕ ਤਾਂ ਮੀਟਿੰਗ ਹੀ ਨਹੀਂ ਸੀ ਹੁੰਦੀ, ਸਾਲ ਦੇ ਵਿੱਚ 1 ਜਾਂ 2 ਮੀਟਿੰਗਾਂ ਹੁੰਦੀਆਂ, ਜਦੋਂ ਕਿ ਮੰਥਲੀ 1 ਮੀਟਿੰਗ ਹੁੰਦੀ ਹੈ, ਉਹ ਬਿਲਕੁਲ ਨਹੀਂ ਹੋਈ। ਕਦੋਂ ਤੋਂ ਬੰਦ ਹੈ ਜੀ ਮੀਟਿੰਗਾਂ? ਵਾ ਕਾਂਗਰਸ ਸਰਕਾਰ 'ਚ ਵਾ ਮੀਟਿੰਗਾਂ ਹੋਈਆਂ ਹੀ ਨਹੀਂ, ਮੀਟਿੰਗਾਂ ਇੱਕ ਸਿਰਫ ਬਜਟ ਦੀ ਮੀਟਿੰਗ ਹੁੰਦੀ ਸੀਗੀ, ਇੱਕ ਅੱਧੀ ਕੋਈ ਹੋਰ ਮੀਟਿੰਗ ਸਰਕਾਰੀ ਹੋ ਜਾਣੀ, ਡਿਵੈਲਪਮੈਂਟ ਦੀ ਮੀਟਿੰਗ ਨਹੀਂ। ਹੁਣ ਵੀ ਜਿੰਨੇ ਵੀ ਕੰਮ ਚੱਲਦੇ ਆ ਸਾਰੇ ਪੁਰਾਣੇ ਹੀ ਕੰਮ ਚੱਲ ਰਹੇ ਆ। ਅਜਿਹਾ ਕਿਉਂਕਿ ਮੀਟਿੰਗਾਂ ਬੰਦ ਹੋ ਗਈਆਂ? ਬਸ ਉਹਨਾਂ ਕੋਲ ਹੋਸ 'ਚ ਡਰ ਰਹਿੰਦਾ ਸੀ, ਉਹਨਾਂ ਕੋਲ ਮੈਂਬਰ ਪੂਰੇ ਨਹੀਂ ਸੀ ਹੁੰਦੇ ਵੀ ਕੋਈ ਇੱਧਰ ਨਾ ਚੱਲੇ ਜਾਵੇ ਉੱਧਰ ਨਾ ਚੱਲੇ ਹੋਏ, ਇਸ ਕਰਕੇ ਉਹਨਾਂ ਨੂੰ ਡਰ ਰਹਿੰਦਾ ਸੀ, ਜਦਕਿ ਅਸੀਂ ਕੋਈ ਕੰਮਾਂ 'ਚ ਰੁਕਾਵਟ ਨਹੀਂ ਸੀ ਪਾਉਂਦੇ। ਕਹਿੰਦੇ ਜੇ ਗੱਲ ਕਰੀਏ ਜੋ ਪ੍ਰਧਾਨ ਨੇ ਕੌਂਸਲ ਦੇ, ਚੇਅਰਮੈਨ ਨੇ, ਪਹਿਲਾਂ ਉਹ BJP ਦੇ ਸੀਗੇ, ਉਸ ਤੋਂ ਬਾਅਦ ਸਰਕਾਰ ਬਦਲੀ, ਸੱਤਾਧਾਰੀ ਪਾਰਟੀ ਕਾਂਗਰਸ ਆ ਗਈ ਹੈ, ਅਤੇ ਉਹਨਾਂ ਨੇ ਪਲਟੀ ਮਾਰ ਕੇ ਕਾਂਗਰਸ ਚਲੇ ਗਏ। ਜਦੋਂ BJP 'ਚ ਸੀਗੇ ਉਦੋਂ ਤੁਹਾਡੇ ਵਿਕਾਸ ਦੇ ਕੰਮ ਹੁੰਦੇ ਸੀਗੇ, ਕਾਂਗਰਸ ਜਾਣ ਤੋਂ ਬਾਅਦ ਅਜਿਹਾ ਕੀ ਹੋ ਗਿਆ ਜੀ ਉਹਨਾਂ ਨੂੰ ਕਾਂਗਰਸ ਜਾਣਾ ਪੈ ਗਿਆ, ਫਿਰ ਕੰਮ ਰੋਕ ਦਿੱਤੇ ਉਹਨਾਂ ਨੇ? ਪਹਿਲਾਂ ਕੰਮ ਸਾਡੇ ਨਾਲ ਸੀਗਾ, ਕੰਮ ਹੁੰਦੇ ਸੀ, ਉਸ ਵੇਲੇ ਉਹ ਸਾਡੇ ਵਾਂਗੂ ਮੈਂਬਰ ਸੀਗੇ, ਉਦੋਂ ਉਹ ਪ੍ਰਧਾਨ ਬਣ ਗਏ, ਅਸੀਂ ਸਾਡੇ ਕੰਮ ਨਹੀਂ ਸੀ ਕਰਦਾ, ਉਹਨੂੰ ਡਰ ਹੋ ਗਿਆ ਮੈਨੂੰ ਲਾਹ ਦੇਣਾ, ਉਹ ਦੂਜੇ ਪਾਸੇ ਚਲੇ ਗਏ। ਅਸੀਂ ਚਾਹੁੰਦੇ ਨਹੀਂ ਸੀ ਵੀ ਉਹਨੂੰ ਪ੍ਰਧਾਨ ਰਹੇ, ਪ੍ਰਧਾਨ ਕੋਈ ਹੋਵੇ ਜਿਹੜੇ ਸ਼ਹਿਰ ਦੇ, ਉਹਨੂੰ ਕੰਮਾਂ ਬਾਰੇ ਕੋਈ ਨੌਲੇਜ ਹੀ ਨਹੀਂ ਹੈ, ਸਿਰਫ ਉਹਨੂੰ ਆਪਣੇ ਵਾਰਡ ਦਾ ਹੀ ਪਤਾ ਸੀ ਵੀ ਆਹ ਕੁਛ ਕਰਨਾ, ਹੋਰ ਉਹਨੂੰ ਸ਼ਹਿਰ ਬਾਰੇ ਕੁਛ ਨਹੀਂ ਸੀ ਪਤਾ, ਨਾ ਉਹਨੂੰ ਇਹ ਨਹੀਂ ਸੀ ਪਤਾ ਕਿਹੜੇ ਅਫਸਰ ਨੂੰ ਕਿੱਧਰ ਨੂੰ ਭੇਜਣਾ, ਕੀ ਕਰਨਾ, ਕਿੱਥੇ ਜਾਣਾ, ਬਸ ਉਹਨੂੰ ਸਿਰਫ ਕੁਰਸੀ 'ਤੇ ਬੈਠਣ ਦਾ ਹੀ ਪਤਾ ਸੀ। ਅਤੇ ਇਵੇਂ ਵੀ ਲੱਗ ਰਿਹਾ ਸੀਗਾ ਜਿਵੇਂ ਕਿ ਸਾਡੀ ਜਾਣਕਾਰੀ ਹੈ ਕਿ BJP ਵੱਲੋਂ ਇੱਕ ਮਤਾ ਪਾਇਆ ਗਿਆ ਸੀਗਾ ਕਿ ਉਹਨਾਂ ਨੂੰ ਪ੍ਰਧਾਨ ਮੰਨਣ ਤੋਂ ਮਨਾ ਕਰ ਦਿੱਤਾ ਸੀ ਉਹਨਾਂ ਨੇ, ਅਜਿਹਾ ਵੀ ਕੁਛ ਹੋਇਆ ਸੀਗਾ ਜੀ? ਨਹੀਂ ਨਹੀਂ, ਅਸੀਂ ਕੋਈ ਗੱਲ ਨਹੀਂ ਹੋਈ, ਕੋਈ 9 ਕਨਫਰੰਸ ਅਸੀਂ ਪਾਇਆ ਸੀ, ਅਸੀਂ 9 ਮੈਂਬਰਾਂ ਨੇ, ਲੇਕਿਨ ਜਿਹੜੇ ਸਾਡੇ ਦੂਜੇ ਮੈਂਬਰ ਆ ਉਹ ਕਾਂਗਰਸ ਵਾਲਿਆਂ ਨੇ ਨਹੀਂ, ਰਾਣਾ ਜੀ ਦੇ ਕਹਿਣ 'ਤੇ ਉਹਨੂੰ ਨਹੀਂ ਲਾਇਆ। ਅਸੀਂ ਚਾਹੁੰਦੇ ਸੀ ਉਹਨੂੰ ਲਾ ਕੇ ਜਿਹਨੂੰ ਮਰਜ਼ੀ ਬਣਾ ਦਿੰਦੇ, ਚਾਹੇ ਕਾਂਗਰਸੀ ਹੁੰਦਾ ਕੋਈ ਹੁੰਦਾ, ਲੇਕਿਨ ਉਹਨੂੰ ਤਜਰਬਾ ਹੈ ਨਹੀਂ ਸੀ, ਬਿਨਾਂ ਤਜਰਬੇ ਤੋਂ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ। ਪਰ ਪ੍ਰਧਾਨ ਵੀ ਉਦੋਂ ਜਿਹੜਾ ਬਣਾਇਆ ਗਿਆ ਸੀਗਾ ਉਹ ਵੀ ਮਿੱਤਲ ਸਾਹਿਬ ਦੇ ਕਰਕੇ ਹੀ ਉਹ ਪ੍ਰਧਾਨ ਬਣੇ ਸੀਗੇ, ਮੌਜੂਦਾ ਪਾਰਟੀ ਸੀਗੀ। ਕਿਆ ਉਦੋਂ ਜਦੋਂ ਪ੍ਰਧਾਨ ਬਣੇ ਸੀਗੇ ਉਸ ਟਾਈਮ ਰਾਏ ਵਗੈਰਾ ਲਈ ਗਈ ਸੀਗੀ ਪਾਰਟੀ ਦੇ ਮੈਂਬਰਾਂ ਦੀ? ਨਹੀਂ, ਮੈਂਬਰਾਂ ਦੀ ਕੋਈ ਰਾਏ ਨਹੀਂ ਲਈ ਗਈ, ਉਹਨਾਂ ਨੇ ਉੱਪਰੋਂ ਹੀ ਜੋ ਹੁਕਮ ਆਇਆ ਅਸੀਂ ਪਾਰਟੀ ਦੇ ਨਾਲ ਜੋ ਕਿ ਅਸੀਂ ਮੰਨ ਲਿਆ। ਮਤਲਬ ਪਾਰਟੀ ਬੇਸ 'ਤੇ ਹੀ ਪ੍ਰਧਾਨ ਬਣ ਗਏ? ਹਾਂ, ਪਾਰਟੀ ਬੇਸ 'ਤੇ। ਅੱਛਾ ਬਿੰਦਰ ਜੀ, ਇੱਕ ਗੱਲ ਜਾਣਨਾ ਚਾਹਾਂਗੇ, ਇੱਕ ਮੀਡੀਆ ਨੂੰ ਚੌਥਾ ਸਤੰਭ ਗਿਣਿਆ ਜਾਂਦਾ ਹੈ ਜੀ, ਅਤੇ ਚੌਥੇ ਸਤੰਭ ਦੀ ਐਂਟਰੀ ਹਾਊਸ ਦੇ ਵਿੱਚ, ਨਗਰ ਕੌਂਸਲ ਦਾ ਹਾਊਸ ਹੈ ਉਸ ਦੇ ਵਿੱਚ ਬੈਨ ਕਰ ਦਿੱਤੀ ਗਈ ਮੀਡੀਆ ਦੀ ਐਂਟਰੀ, ਕੀ ਤੁਸੀਂ ਇਹਦੇ ਖਿਲਾਫ਼ ਕਦੇ ਆਵਾਜ਼ ਉਠਾਈ? ਨਹੀਂ, ਸਾਨੂੰ ਤਾਂ ਕੋਈ ਤਰ੍ਹਾਂ ਨਹੀਂ, ਅਸੀਂ ਤਾਂ ਬੋਲੀਦਾ ਸੀਗਾ, ਲੇਕਿਨ ਨਹੀਂ ਚਾਹੁੰਦੇ ਸੀ ਅੰਦਰ ਪ੍ਰੈਸ ਨੂੰ ਜਾਣ ਦੇਣਾ, ਅਸੀਂ ਤਾਂ ਚਾਹੁੰਦੇ ਸੀ ਪ੍ਰੈਸ ਜਾਵੇ। ਕੌਣ ਕੌਣ ਨਹੀਂ ਚਾਹੁੰਦਾ ਸੀ? ਓਪੋਜੀਸ਼ਨ ਵਾਲੇ ਨਹੀਂ ਚਾਹੁੰਦੇ ਸੀ ਸਾਰੇ। ਓਪੋਜੀਸ਼ਨ ਜਦੋਂ ਬੈਨ ਲੱਗਿਆ ਜੀ, ਓਪੋਜੀਸ਼ਨ ਉਦੋਂ ਕਾਂਗਰਸ ਦੀ ਸੀਗੀ, ਰਾਈਟ ਹੈ ਜੀ? ਨਹੀਂ, ਉਸ ਵੇਲੇ ਕਹਿੰਦਾ ਰੌਲਾ ਪਿਆ ਤਾਂ ਉਸ ਵੇਲੇ ਸੀਗੀ, ਇਸ ਵੇਲੇ ਅਸੀਂ ਪ੍ਰੈਸ ਨੂੰ 5 ਸਾਲਾਂ 'ਚ ਕਹਿੰਦੇ ਰਹੇ ਆਉਣੀ ਚਾਹੀਦੀ, ਪਰ ਲੇਕਿਨ ਇਹਨਾਂ ਨੇ ਨਹੀਂ ਆਉਣ ਦਿੱਤਾ। ਪ੍ਰਧਾਨ ਵੀ ਤੁਹਾਡੇ ਸੀਗੇ ਜੀ ਉਦੋਂ ਜਿਨ੍ਹਾਂ ਨੇ ਮਤਾ ਪਾਇਆ ਸੀਗਾ? ਨਹੀਂ, ਮਤਾ ਕੋਈ ਨਹੀਂ ਪਾਇਆ ਸੀ, ਮਤਾ ਕੋਈ ਨਹੀਂ। ਫਿਰ ਬੈਨ ਕਿਸ ਤਰ੍ਹਾਂ ਹੋ ਗਈ ਸੀ? ਬੈਨ ਉੱਥੇ ਝਗੜਾ ਜਿਹਾ ਹੋਇਆ ਸੀ, ਉਹਦੇ ਕਰਕੇ ਉਹਨਾਂ ਨੇ ਕਿਹਾ ਵੀ ਇਹ ਝਗੜਾ ਨਾ ਹੋਵੇ, ਇਸ ਕਰਕੇ ਰਿਕਾਰਡ ਪਾਈ ਸੀ, ਹੋਰ ਕੋਈ ਗੱਲ? ਸਰ, ਝਗੜੇ ਦੀ ਗੱਲ ਕਰੀਏ ਤਾਂ ਸੰਸਦ ਦੇ ਵਿੱਚ ਵੀ, ਵਿਧਾਨ ਸਭਾ ਦੇ ਵਿੱਚ ਵੀ ਓਪੋਜੀਸ਼ਨ ਹੈ, ਝਗੜਾ ਹੁੰਦਾ ਜੀ, ਝਗੜੇ ਹੁੰਦੇ ਰਹਿੰਦੇ ਆ, ਤਾਂ ਇਸਦਾ ਮਤਲਬ ਇਹ ਤਾਂ ਨਹੀਂ ਮੀਡੀਆ ਦੇ ਐਂਟਰੀ ਨਹੀਂ? ਨਹੀਂ, ਐਂਟਰੀ ਨਹੀਂ ਕੋਈ ਵੀ ਬੰਦ ਕੀਤੀ ਜੀ, ਐਂਟਰੀ ਵਾਰੀ ਤਾਂ ਕੋਈ ਗੱਲ ਹੀ ਨਹੀਂ ਹੋਈ ਹੈ, ਐਂਟਰੀ ਅਸੀਂ ਆਵਾਜ਼ ਉਠਾਉਂਦੇ ਰਹੇ ਵੀ ਐਂਟਰੀ ਹੋਣੀ ਚਾਹੀਦੀ ਹੈ। ਪਰ ਕੁਛ ਜਿਹੜੇ ਕੌਂਸਲਰ ਨੇ ਉਹਨਾਂ ਨੇ ਇਹਦੇ ਖਿਲਾਫ਼ ਹਾਈਕੋਰਟ ਤੱਕ ਵੀ ਗਿਆ ਕਿ ਮੀਡੀਆ ਦੀ ਜੋ ਐਂਟਰੀ ਹੈ ਉਹਦਾ ਸਾਡੇ ਕੋਲ ਵੀ ਹੈਗਾ ਜੀ, ਅਤੇ ਉਹਨਾਂ ਕੋਲ ਵੀ ਹੈਗਾ ਜੀ,
मता पाया गया एक प्रोपर पी मीडिया की एंट्री तो बैन होना चाहिए तुम्हें आवाज़ क्यों नहीं उठाई जी नहीं असं उठाई है प्रेस अंदर आनी चाहिए अभी तो बोले हैं अभी तो कोई तरह सर अगे ना थोड़ा मौका मिलता है क्या तुम मता पाओगे जी मीडिया की एंट्री हाँ बिल्कुल मीडिया की एंट्री अंदर होनी चाहिए अभी सब को पता लगना चाहिए कई पिछे जे कह बाद एक मैंबर की हाजिरी लग गई अगर मैं मीडिया अंदर हों हाजिरी नहीं सी लगनी मैंबर बाद चो आया मैंबर बाद चो हाजिरी ला के मते पास करते असी विरोध करते ही मतिया का असी विरोध किया उन्होंने मैंबर एक बाद चो आया हाजिरी लवा ली हाजिर असी शिकायत भी की पर सरकार ने कोई सुनाई नहीं इस तरह भी है जी मैंबर जाते काजू बदम खा के वापस आ जाते कोई मते गल नहीं करते किसी टॉपिक काजू बदम उत्थे कितने खाते जी उत्थे तो चाह भी नहीं पिलाई इन्होंने कदे प्रधान इदा का सी मते जिहड़े असी अपना विरोध करते साडे मते ही नहीं पाते अभी तो विरोध करके अपना लिखा के आ जीदा इहदा अंदर बढ़ते सारे मीटिंग पास है जी पास करके बाहर आ जाते जी मीटिंग इन्होंने साल के दो तीन मीटिंग मसी की जी जाके मंथली मीटिंग होंगी है किस दिन लेकी है प्रधान दिन लेकी प्रधान जी होश चलाने का ही नहीं पता सेगा कि होश किस तरह चलाना है उन्हें पता ही नहीं सी दे बारे ठीक है पिंदर जी एक जानना चाहेंगे शहर के वार्ड की गल हो गई है शहर की गल करिए एक गावों की समस्या काफ़ी लंबे समय तो है इस दे कौंसल 1,00,000 रुपए का बजट भी इन्होंने रख्या हुआ है अलग अलग गौशालों 50,000 रुपया भी दिता जाता है पर अज तक 10 साल गावों की समस्या शहर के हल नहीं हो पाई अजिहा क्यों असी बीजेपी के टाइम असी काफ़ी गवं असी जी है ना असी गौशाला भेजिया से तो पैसे भी दिते से उस वेले लेकिन ये प्रॉब्लम आती है जिन्या गवं असी भेजते हैं इन्ने ही लोग बहरों लिया के छड़ देंगे कोई इतों ही नहीं होंदिया है ये बहरों बहुत आदि रात को आ के कोई छड़ देता जी हूँ अगली सरकार आऊगी असी आवाज़ उठावे यद मसला पहल के आधार पर करा क्या कौंसल को गिनती है जी कि गावं हूँ तक पकड़ लिया गई कोई रिकॉर्ड इस तरह का करे डिस्कशन नहीं कोई इधर रिकॉर्ड जी बिल्कुल पिंदर जी ये भी जानना चाहवागे कि कौंसल दे विच करप्शन का मुद्दा बड़ा उठता रहा जी करप्शन बहुत हो रही है जी पेवर से पेवर लग गए है जी स्विमिंग पूल की गल करिए बनाया गया जी करोड़ रुपया व्यर्थ हो गया जी किसी काम नहीं आया होस्पिटल का जो उद्घाटन सीगा उदों 1,00,000 रुपये खर्च हो गए जी थोड़ी सरकार सी जी उदों भी इस तरह के एलीगेशन लगते रहे है तुम की कहना चाहोगे कौंसल दे विच करप्शन बारे देखो जी साढ़े टाइम तो कोई करप्शन नहीं सी होस्पिटल असी बनाया है बनाने तो बाद सारा चला का ज़्यादा कम तो कांग्रेस टाइम होया है असी जिस हिसाब ना उन्होंने चलाना चाहते सी उस हिसाब ना इन्होंने नहीं चलाया साडे प्रधान जी कहो बाहरों डॉक्टर सारिया टीम सारा टेस्ट वेंटीलेटर भी लाना चाहते सी चौधरी साहब पर साडा कोई मतलब नहीं होया करप्शन इस दे विच तां हुण कोई मते ही नहीं पे जो पुराने काम करी जाते कोई पता ही नहीं लगता की करते की नहीं है साड़ी सरकार आऊगी असी इंक्वायरी करा स्विमिंग पूल की गल करिए थोड़े टाइम ही बनया सीगा जी करोड़ों रुपया लग्या है उसका अजे तक सॉर्ट आउट ही नहीं होया जी जिस ठेकेदार ने बनाया गया कोई कार्रवाई नहीं कराई गई कदे आवाज़ उठाई तुसी उसकी आवाज़ उठाई है उसकी इंक्वायरी चल रही है साढ़े शिवानी ठाकुर जी ने उसकी शिकायत की थी पहला मेरे वार्ड में सगा वो हूँ उन्होंने वार्ड से शिवानी ने आवाज़ उठाई उसकी कहो कार्रवाई चल रही है उसके अफसर से भी परचा होगा तो शायद हो गया हो तो ठेकेदार से भी कार्रवाई होगी इस काम का पहल के आधार पर होगी तो सर जे गल करिए जो विकास के काम कर हो रहे थोड़े वार्ड के कद इस तरह भी होया कि थोड़ा कमीशन का भी ऑफर किया हो भी ये काम कर दो जी अपना कमीशन ले लो सैड हो जाओ नहीं जी नहीं कमीशन वाली गलत ना ही असी कदे की है ना ही कदे सोचा जो असी यह काम करते होंगे सानू पार्टी या लोगों ने 20 साल मौका ही नहीं देना ठीक अजिहा है कि एम सी जिहड़े होर ने उन्होंने कित ऑफर हों इहदे बारे कोई नहीं पता ना असी कदे सुनिया इहदी गल बिल्कुल सर जे गल करी जाए तो पार्टी दे विच भी कि ना कि फुट नज़र आ रही है जी नहीं पार्टी कोई फुट नहीं पार्टी एकजुट है जो उपरों देश आता वो मुताबक सारे काम करते कोई ऐसी गल नहीं तो सर जे गल करिए इस बार सब तो ज़्यादा होट सीट कि रहने वाली है जी नंगल किस तरह सब तो ज़्यादा होट सीट कि रहने वाली है सब तो ज़्यादा होट सीट मतलब सब तो ज़्यादा टफ मुकाबला कितने होगा टफ मुकाबला इस बार तो कित भी नहीं लग रहा मैनू क्यों सरकार कहो बीजेपी की आनी है लोगों ने कांग्रेस तो बहुत दुखी है कौंसल बीजेपी कोई वार्ड से मैं कोई मुकाबला नहीं लग रहा थोनों की लगता है सर इस बार तुम पार्टी टिकट पर लड़ोगे या फिर आजाद लड़ोगे पार्टी टिकट पर लड़ा पार्टी टिकट मिलेगी मैं पार्टी टिकट पर लड़ा ठीक है तो इस तो अलावा ड्रीम प्रोजेक्ट हूँ कि लेके आओगे भाई ट्रीटमेंट प्लांट बनाना अभी एक
तो बाकी छोटे छोटे जिहड़े काम रहिंदे उह करांगे। सीवरेज की समस्या है थले उहदा प्रोसैस चल रहा है, इन्ना रह गया उहनूं पूरा करके जल्दी करांगे। ये साडे नाल वार्ड नंबर एक तो जो भुपिंदर सिंह भिंदा जी है, जिवें कि असीं इन्हां नाल गलबात की कि वार्ड दे विच किहड़े किहड़े मुद्दियां नूं लै के इन्हां ने चुनाव लड़िया सीगा ते आने वाले दिनां विच जे टिकट इन्हां नूं पार्टी दिंदी है तां किहड़े मुद्दियां नूं लै के ड्रीम प्रोजैक्ट लै के ये लोगों के जाणगे। तो इस दे नाल ही अगली बार फिर मिलांगे नवे MC दे नाल नवे मुद्दे लैके। तद तक मेरे साथी अविनाश दे नाल राकेश राणा नूं दिओ इजाजत, धन्यवाद।